ਤੁਸੀਂ ਇੱਕ ਪੈਨਸਿਲ ਨੂੰ ਹਵਾ ਵਿੱਚ ਲਟਕਾ ਕੇ ਘੁਮਾ ਵੀ ਸਕਦੇ ਹੋ। ਇੱਕ ਪੁਰਾਣੀ ਰਬੜ ਦੀ ਚੱਪਲ ਲਵੋ ਤੇ ਉਸ ਵਿੱਚ ਕੱਟ ਮਾਰੋ। ਇਹਨਾਂ ਵਿੱਚੋਂ ਇੱਕ ਕੱਟ ਵਿੱਚ ਇੱਕ ਸਿੱਕਾ ਪਾ ਦਿਓ। ਇੱਕ ਤਿੱਖੀ ਪੈਨਸਿਲ ਵਿੱਚ ਦੋ ਰਿੰਗ ਚੁੰਬਕ ਫਸਾ ਦਿਓ। ਹੁਣ ਚੁੰਬਕਾਂ ਨੂੰ ਰਬੜ ਵਿੱਚ ਵੀ ਫਸਾ ਦਿਓ। ਅਗਲੀਆਂ ਪੈਨਸਿਲ ਦੀਆਂ ਚੁੰਬਕਾਂ ਅਗਲੀਆਂ ਰਬੜ ਦੀਆਂ ਚੁੰਬਕਾਂ ਨੂੰ ਆਪਣੇ ਵੱਲ ਖਿੱਚਣਗੀਆਂ ਅਤੇ ਪਿੱਛੇ ਵਾਲੀਆਂ ਪੈਨਸਿਲ ਦੀਆਂ ਚੁੰਬਕਾਂ ਪਿੱਛੇ ਦੀਆਂ ਰਬੜ ਦੀਆਂ ਚੁੰਬਕਾਂ ਨੂੰ ਦੂਰ ਹਟਾਉਣਗੀਆਂ। ਹੁਣ ਚੁੰਬਕਾਂ ਨੂੰ ਸਿੱਧੇ ਅਤੇ ਸਹੀ ਕਰਕੇ ਰੱਖੋ। ਪਹਿਲੀਆਂ ਚੁੰਬਕਾਂ ਪੈਨਸਿਲ ਦੀਆਂ ਚੁੰਬਕਾਂ ਵੱਲ ਆਕਰਸ਼ਿਤ ਹੋਣਗੀਆਂ ਅਤੇ ਪਿਛਲੀਆਂ ਚੁੰਬਕਾਂ ਪੈਨਸਿਲ ਚੁੰਬਕਾਂ ਤੋਂ ਦੂਰ ਹੋ ਜਾਣਗੀਆਂ। ਹੁਣ ਪੈਨਸਿਲ ਰੱਖੋ ਅਤੇ ਉਹਨਾਂ ਨੂੰ ਸਸਪੈਂਡ ਕਰਨ ਦੀ ਕੋਸ਼ਿਸ਼ ਕਰੋ। ਇਸ ਲਈ ਤੁਹਾਨੂੰ ਪੈਨਸਿਲ ਚੁੰਬਕਾਂ ਨੂੰ ਜ਼ਰਾ ਹਿਲਾਉਣ ਦੀ ਲੋੜ ਹੈ। ਜਦੋਂ ਤੁਸੀਂ ਪੈਨਸਿਲ ਨੂੰ ਹਲਕਾ ਜਿਹਾ ਉਠਾਓਗੇ ਤਾਂ ਉਹ ਕਿੰਨੀ ਦੇਰ ਤੱਕ ਘੁੰਮਦੀਆਂ ਰਹਿਣਗੀਆਂ। ਹੁਣ ਪੈਨਸਿਲ ਦੇ ਨਾਲ ਟੇਪਰ ਕਾਗਜ਼ ਦੀ ਫੱਟੀ ਜੋੜ ਦਿਓ। ਇਹ ਸਪਾਇਰਲ ਪੈਨਸਿਲ ਦੇ ਨਾਲ ਚਿਪਕਾਓ। ਇਹ ਪੈਨਸਿਲ ਦੀ ਹਿਲਜੁਲ ਨੂੰ ਵਧਾਉਣਗੀਆਂ। ਇਹ ਅਦਭੁਤ ਪੈਨਸਿਲ ਹਿੱਲੇਗੀ, ਘੁੰਮੇਗੀ ਅਤੇ ਲਿਖੇਗੀ।